ਸੋ ਤੁਸੀਂ ਸਾਡੇ ਵਿਦਿਆਰਥੀਆਂ ਦਾ ਤੋਖਲਾ ਸੁਣ ਹੀ ਲਿਆ ਕਿ ਉਹਨਾਂ ਨੂੰ ਇਹ ਡਰ ਸਤਾ ਰਿਹਾ ਕਿ ਹੁਣ ਅਸੀਂ ਜਾ ਪਾਵਾਂਗੇ ਕਿ ਨਹੀਂ ਜਾ ਪਾਵਾਂਗੇ ਪਰ ਫਿਲਹਾਲ ਕੈਨੇਡਾ ਵੱਲੋਂ ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਹੈ ਨਾ ਹੀ ਕੋਈ ਸੇਵਾ ਬੰਦ ਦੀ ਕੋਈ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਕੈਨੇਡਾ ਦਾ ਇਸ ਦੇ ਵਿੱਚ ਆਪਣਾ ਵੀ ਫਾਇਦਾ ਹੈ ਕਿਉਂਕਿ ਪੰਜਾਬ ਤੋਂ ਜਾਂ ਭਾਰਤ ਦੇ ਵਿੱਚੋਂ ਜਿਹੜੇ ਵਿਦਿਆਰਥੀ ਕੈਨੇਡਾ ਜਾਂਦੇ ਨੇ ਇੱਕ ਵੱਡਾ ਸਰਮਾਇਆ ਲੈ ਕੇ ਜਾਂਦੇ ਨੇ ਉਹਨਾਂ ਦੀ ਆਰਥਿਕਤਾ ਦੇ ਵਿੱਚ ਇੱਕ ਵੱਡਾ ਰੋਲ ਪਲੇ ਕਰਦੇ ਨੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਅਜਿਹੀ ਕੋਈ ਕਾਰਵਾਈ ਕਰੇਗਾ ਪਰ ਸਵਾਲ ਉਹਨਾਂ ਲੋਕਾਂ ਤੇ ਜ਼ਰੂਰ ਖੜਾ ਹੋ ਗਿਆ ਜਿਨ੍ਹਾਂ ਲੋਕਾਂ ਦੀ ਰੋਜ਼ੀ ਰੋਟੀ ਹੀ ਐਨਆਰਆਈਜ਼ ਦੇ ਉੱਤੇ ਚੱਲਦੀ ਸੀ ਪੰਜਾਬ ਦੇ ਵਿੱਚ ਸਤੰਬਰ ਤੋਂ ਜਾਂ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਐਨਆਰਆਈਜ਼ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਕੈਨੇਡਾ ਵਸੀਆਂ ਹੋਈਆਂ ਨੇ ਉਹ ਪੰਜਾਬ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਵਿਆਹ ਸ਼ਾਦੀਆਂ ਉਹਨਾਂ ਦੇ ਸਮਾਗਮ ਦੀਵਾਲੀ ਦੁਸ਼ਹਿਰਾ ਬਹੁਤ ਸਾਰੇ ਮੇਲੇ ਇਹਨਾਂ ਦਿਨਾਂ ਦੇ ਵਿੱਚ ਲੱਗਦੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਇਫੈਕਟਿਵ ਹੋਣਗੀਆਂ ਖਾਸ ਤੌਰ ਤੇ ਹੋਟਲ ਬਿਜ਼ਨਸ ਹੈ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਇਫੈਕਟਿਵ ਹੋਏਗਾ ਇੱਕ ਅੰਕੜੇ ਦੇ ਮੁਤਾਬਕ ਪੰਜਾਬ ਦੇ ਵਿੱਚ ਇਹਨਾਂ 5-6 ਮਹੀਨਿਆਂ ਦੇ ਵਿੱਚ ਹਜ਼ਾਰਾਂ ਵਿਆਹ ਹੁੰਦੇ ਨੇ ਔਰ ਉਹਨਾਂ ਹਜ਼ਾਰਾਂ ਵਿਆਹਾਂ ਦੇ ਵਿੱਚੋਂ ਮੋਟਾ ਹਿੱਸਾ 60% ਜਿਹੜੇ ਵਿਆਹ ਹੁੰਦੇ ਨੇ ਉਹ ਐਨਆਰਆਈਜ਼ ਦੇ ਹੁੰਦੇ ਨੇ ਤੇ ਜੇਕਰ ਉਹ ਐਨਆਰਆਈਜ਼ ਨੂੰ ਵੀਜ਼ਾ ਨਹੀਂ ਮਿਲੇਗਾ ਤਾਂ ਇਹਨਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਏਗਾ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਤੋਂ ਬਾਅਦ ਭਾਰਤ ਦੀ ਕਈ ਇੰਡਸਟਰੀ 'ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਵਿੱਚੋਂ ਹੀ ਇੱਕ ਇੰਡਸਟਰੀ ਹੋਟਲ ਇੰਡਸਟਰੀ ਵੀ ਹੈ ਜਿਸ 'ਤੇ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਹੋਟਲ ਇੰਡਸਟਰੀ ਦੇ ਪੰਜਾਬ ਪ੍ਰਧਾਨ ਸਤੀਸ਼ ਕੁਮਾਰ ਅਰੋੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਅਰੋੜਾ ਸਾਹਿਬ ਖਟਾਸ ਪੈਦਾ ਹੋਈ ਹੈ ਭਾਰਤ ਅਤੇ ਪੰਜਾਬ ਭਾਰਤ ਅਤੇ ਕੈਨੇਡਾ ਵਿੱਚ ਕਿਵੇਂ ਲੈਂਦੇ ਹੋ ਕਿੰਨਾ ਕੁ ਅਸਰ ਆ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇਹਦੇ ਅਸਰ ਦੀ ਗੱਲ ਕਰੀਏ ਤਾਂ ਇੰਪੈਕਟ ਜਿਹੜਾ ਹੋਸਪਿਟੈਲਿਟੀ ਸੈਕਟਰ ਹੈ ਦੇਖੋ ਇਕੱਲੇ ਪੰਜਾਬ ਵਿੱਚ ਜਿਹੜੇ ਅੱਛੇ ਯੂਨਿਟ ਹੈਗੇ 7500 ਯੂਨਿਟ ਹੈਗੇ 7500 ਹੋਟਲ ਉਹਨਾਂ ਨਾਲ 5 ਲੱਖ ਫੈਮਿਲੀ ਦਾ ਇੰਪਲਾਇਮੈਂਟ ਜੁੜਿਆ ਹੈਗਾ 5 ਲੱਖ ਡਾਇਰੈਕਟ ਤੌਰ 'ਤੇ ਜੇ ਮੈਂ ਇਨਡਾਇਰੈਕਟਲੀ ਤੌਰ 'ਤੇ ਗੱਲ ਕਰਾਂ ਤਾਂ 10 ਲੱਖ ਇੰਪਲਾਈਜ਼ ਸਾਡੀ ਹੋਸਪਿਟੈਲਿਟੀ ਨਾਲ ਇੰਡਸਟਰੀ ਨਾਲ ਹੋਰ ਜੁੜਿਆ ਹੋਇਆ ਹੈਗਾ ਅਨਫੋਰਚੁਨੇਟਲੀ ਜਿਹੜਾ ਇਹ ਹੁਣ ਇੰਸੀਡੈਂਟ ਹੋ ਰਿਹਾ ਜਾਂ ਜਿਹੜਾ ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨ 'ਚ ਵਿੱਚ ਜਿਹੜਾ ਡਿਫਰੈਂਸ ਆਇਆ ਹੈਗਾ ਇਹ ਇੱਕ ਐਸੇ ਟਾਈਮ 'ਤੇ ਆਇਆ ਜਦੋਂ ਸਾਡਾ ਸੀਜ਼ਨ ਇੱਕ ਪੀਕ 'ਤੇ ਹੁੰਦਾ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਗੱਲ ਕਰੀਏ ਕੋਵਿਡ ਦਾ ਸਾਨੂੰ ਸੈਟਬੈਕ ਬਹੁਤ ਲੱਗਿਆ ਦੈਨ ਪੰਜਾਬ 'ਚ ਜਿਹੜੇ ਫਲੱਡ ਆਏ ਉਹਦਾ ਸਾਨੂੰ ਬਹੁਤ ਲੋਸ ਹੋਇਆ ਬਹੁਤ ਸਾਨੂੰ ਖਮਿਆਜਾ ਭੁਗਤਣਾ ਪਿਆ ਉਸ ਤੋਂ ਬਾਅਦ ਹੁਣ ਜਿਹੜਾ ਇੱਕ ਇਹ ਸੀਗਾ ਇੱਕ ਵੈਡਿੰਗ ਸੀਜ਼ਨ ਹੁੰਦਾ ਉਸ ਤੋਂ ਬਾਅਦ ਫੈਸਟੀਵਲਸ ਹੈਗੇ ਆ ਵੈਡਿੰਗ ਸੀਜ਼ਨ 'ਚ ਜਿਹੜੇ ਕਿ ਐਨਆਰਆਈਜ਼ ਸਾਰੇ ਇੰਡੀਆ 'ਚ ਆ ਕੇ ਖਾਸ ਕਰ ਪੰਜਾਬ 'ਚ ਜੇ ਮੈਂ ਗੱਲ ਕਰਾਂ ਮਾਲਵਾ ਦੁਆਬਾ 'ਚ ਆ ਕੇ ਮੈਰਿਜਿਸ ਕਰਦੇ ਹੈਗੇ ਉੱਥੇ ਉਹ ਮੈਰਿਜਿਸ ਨਹੀਂ ਕਰਦੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਚਾਹੇ ਉਹ ਐਨਆਰਆਈਜ਼ ਹੈਗੇ ਲੇਕਿਨ ਉਹਨਾਂ ਦੇ ਇੱਥੇ ਫੈਮਿਲੀ ਫਰੈਂਡਸ ਜਾਂ ਉਹਨਾਂ ਦੇ ਸੈਂਟੀਮੈਂਟਸ ਜਿਸ ਤਰ੍ਹਾਂ ਦੀਆਂ ਟ੍ਰੈਡੀਸ਼ਨਲੀ ਮੈਰਿਜ ਇੱਥੇ ਆ ਕੇ ਕਰ ਸਕਦੇ ਆ ਉਹ ਉੱਥੇ ਨਹੀਂ ਕਰ ਸਕਦੇ ਕੈਨੇਡਾ 'ਚ ਸੋ ਇੱਕ ਐਨਆਰਆਈ ਦਾ ਜਿਹੜਾ ਬਜਟ ਹੁੰਦਾ ਹੈ ਇੱਕ ਅੱਛਾ ਖਾਸਾ ਬਜਟ ਹੁੰਦਾ ਹੈ ਜਿਹਦੇ ਨਾਲ ਹੋਸਪਿਟਲ ਸੈਕਟਰ ਜਿਹੜਾ ਗਰੋ ਕਰਦਾ ਹੈਗਾ ਅਸੀਂ ਕਹਿੰਦੇ ਹਾਂ ਵੀ ਸਾਡਾ ਜਿਹੜਾ ਇੱਕ ਸਾਲ ਦਾ ਜੇ ਦੇਖੀਏ ਐਕਸਪੈਂਡੀਚਰ ਹੈ ਤਾਂ ਸਾਡਾ ਜਿਹੜਾ 3 ਮਹੀਨਿਆਂ ਦਾ ਇਹ ਵੈਡਿੰਗ ਸੀਜ਼ਨ ਹੁੰਦਾ ਅਸੀਂ ਇਹਦੇ 'ਚੋਂ ਹੀ ਕਵਰ ਕਰਨਾ ਹੁੰਦਾ ਹੁਣ ਉਹ ਵੈਡਿੰਗ ਸੀਜ਼ਨ ਵਾਸਤੇ ਸਾਨੂੰ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਸਟਾਫ ਸਾਨੂੰ ਬਹੁਤ ਕ੍ਰੀਏਟ ਕਰਨਾ ਹੁੰਦਾ ਅਸੀਂ ਪੂਰਾ ਪ੍ਰੀ ਪਲੈਨ ਕਰਕੇ ਚੱਲਦੇ ਹੈਗੇ ਸਟਾਫ ਅਸੀਂ ਹੁਣ ਮਹੀਨੇ ਤੋਂ ਪਹਿਲਾਂ ਅਸੀਂ ਆਲਰੇਡੀ ਵੈਡਿੰਗ ਸੀਜ਼ਨ ਤਿਆਰੀ ਕਰਦੇ ਵਾਸਤੇ ਸਾਰਾ ਸਟਾਫ ਅਸੀਂ ਆਪਣਾ ਹਾਇਰ ਕਰ ਚੁੱਕੇ ਹੈਗੇ ਸਾਰੇ ਸਟਾਫ ਕਿਆ ਵੇਟਰ ਕਿਆ ਜਿੰਨਾ ਵੀ ਸਾਡੇ ਸੋਰਸਿਸ ਹੁੰਦੇ ਹੈਗੇ ਕੈਟਰ ਹੈਗੇ ਸਟਾਲਸ ਹੈਗੀਆਂ ਜਿੰਨਾ ਵੀ ਪ੍ਰੀ ਅਸੀਂ ਕਰਨਾ ਉਹ ਅਸੀਂ ਆਪਣਾ ਐਕਸਪੈਂਡੀਚਰ ਪਹਿਲਾਂ ਐਡਵਾਂਸ ਕਰਕੇ ਮਟੀਰੀਅਲ ਵਗੈਰਾ ਸਾਰਾ ਅਸੀਂ ਕਿਉਂਕਿ ਮੌਕੇ 'ਤੇ ਕੁਛ ਨਹੀਂ ਮਿਲਦਾ ਜਦੋਂ ਪੀਕ 'ਤੇ ਹੁੰਦਾ ਰਸ਼ ਸ਼ੁਰੂ ਹੁੰਦਾ ਡੇਟਸ ਹੁੰਦੀਆਂ ਉਦੋਂ ਕੁਛ ਕੋਈ ਚੀਜ਼ ਅਵੇਲੇਬਲ ਨਹੀਂ ਹੁੰਦੀ ਉਹ ਸਾਰਾ ਹੁਣ ਅਸੀਂ ਇਨਵੈਸਟ ਕਰ ਚੁੱਕੇ ਹੈਗੇ ਹਾਂ ਸੋ ਇਹਦੇ ਨਾਲ ਇਕੱਲਾ ਹੋਸਪਿਟੈਲਿਟੀ ਸੈਕਟਰ ਸਫਰ ਨਹੀਂ ਕਰੇਗਾ ਹੁਣ ਇਹਦੇ ਨਾਲ ਕੱਪੜੇ ਵਾਲੇ ਹੈਗੇ ਆ ਗੋਲਡ ਸਮਿਥ ਜਵੈਲਰੀਜ਼ ਹੈਗੀ ਫੋਟੋਗ੍ਰਾਫਰਸ ਹੈਗੇ ਟੈਂਟ ਹੈ ਹੋਰ ਬਹੁਤ ਸਾਰੇ ਲੋਕ ਜਿਹੜੀ ਇੰਡਸਟਰੀ ਜੁੜੀ ਹੋਈ ਹੈਗੀ ਹੈ ਸੋ ਇਹ ਬਿਲਕੁਲ ਜਿਹੜਾ ਐਨ ਮੌਕੇ 'ਤੇ ਆਇਆ ਇਹਦੇ ਨਾਲ ਬਹੁਤ ਵੱਡਾ ਇੱਕ ਹੋਸਪਿਟੈਲਿਟੀ ਸੈਕਟਰ ਨੂੰ ਸੈਟਬੈਕ ਲੱਗੇਗਾ ਸਰ ਕਿੰਨੀ ਕੁ ਬੁਕਿੰਗ ਹੈਗੀ ਸੀ ਤੁਹਾਨੂੰ ਕੋਈ ਅੰਦਾਜ਼ਾ ਹੋਏਗਾ ਪੰਜਾਬ 'ਚ ਕਿੰਨੀ ਕੁ ਬੁਕਿੰਗ ਹੈਗੀ ਸੀ ਕਿੰਨੇ ਐਨਆਰਆਈ ਹੈ ਜਿਹੜੇ ਪੰਜਾਬ 'ਚ ਹਰ ਸਾਲ ਆਉਂਦੇ ਹੈਗੇ ਉਹਦੇ ਮੋਰ ਦੈਨ 5000 ਮੈਰਿਜਿਸ ਜਿਹੜੀਆਂ ਇਸ ਵਕਤ ਬੁੱਕ ਹੋ ਚੁੱਕੀਆਂ ਹੈਗੀਆਂ ਅਤੇ ਜੇ ਮੈਂ ਐਨਆਰਆਈਜ਼ ਦੇ ਫੰਕਸ਼ਨ ਦੀ ਗੱਲ ਕਰਾਂ ਤਾਂ 60% ਜਿਹੜਾ ਫੰਕਸ਼ਨ ਐਨਆਰਆਈਜ਼ ਦੇ ਹੈਗੇ ਕਿਉਂਕਿ ਉਹ ਇਸੇ ਸੀਜ਼ਨ ਨੂੰ ਜਿਹੜਾ ਇਹ ਸੀਜ਼ਨ ਹੁੰਦਾ ਵੈਡਿੰਗ ਦਾ ਕਿਉਂਕਿ ਵੈਦਰ ਠੀਕ ਹੁੰਦਾ ਹੈਗਾ ਉਹ ਇਹੀ ਪ੍ਰਮੋਟ ਕਰਦੇ ਹੈਗੇ ਇਹਨੂੰ ਪ੍ਰਿਓਰਟੀ ਦਿੰਦੇ ਹੈਗੇ ਆ ਇਹੀ ਸੀਜ਼ਨ ਦਿੰਦੇ ਆ ਕਿਉਂਕਿ ਇਸ ਤੋਂ ਬਾਅਦ ਫੈਸਟੀਵਲਸ ਹੁੰਦੇ ਆ ਵੱਡੇ ਵੱਡੇ ਫੈਸਟੀਵਲ ਆਉਣੇ ਹੈਗੇ ਆ ਉਹ ਫਿਰ ਉਹ 2-3 ਮਹੀਨੇ ਇਸ ਸਪੈਨ ਦੇ ਵਿੱਚ ਰੁਕਦੇ ਆ ਆਪਣੀ ਵੈਡਿੰਗਸ ਕਰਦੇ ਆ ਫੈਸਟੀਵਲ ਦਾ ਇੰਜੋਏ ਕਰਦੇ ਆ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਜਿਹੜਾ ਲੋਸ ਹੋਣ ਜਾ ਰਿਹਾ ਇਸ ਵਾਰ ਜੋ ਵੀਜ਼ਾ ਦਾ ਆ ਗਈਆਂ ਹਰਡਲਸ ਆਈ ਹੈ ਕਿ ਨਹੀਂ ਕੈਨੇਡੀਅਨ ਔਰ ਜੋ ਕੈਨੇਡੀਅਨ ਸਿਟੀਜ਼ਨ ਹੈ ਉਹ ਇੰਡੀਆ ਨਹੀਂ ਆ ਸਕਦੇ ਤੇ ਇਹ ਪ੍ਰੋਬਲਮ ਰਹੇਗੀ ਇਹ ਪ੍ਰੋਬਲਮ ਰਹੇਗੀ ਹਮਾਰਾ ਹੋਸਪਿਟੈਲਿਟੀ ਇੰਡਸਟਰੀ ਕੇ ਲਈ ਮੇਰੇ ਪਾਸ ਫੰਕਸ਼ਨਸ ਥੇ ਕਿ ਬਹੁਤ ਸਾਰੇ ਫੰਕਸ਼ਨਸ ਜੋ ਹੈ ਉਹ ਕੁਐਰੀਜ਼ ਆ ਰਹੀ ਹੈ ਕਿ ਉਨਕੋ ਪੋਸਟਪੋਨ ਕਰਨਾ ਚਾਹਤੇ ਹੈ ਜਾਂ ਹਮਾਰੀ ਕੋਈ ਕੈਂਸਲ ਹੋ ਰਹੀ ਹੈ ਸਟਿਲ ਅਭੀ ਤੋ ਬਾਤ ਚੱਲ ਰਹੀ ਹੈ ਬਟ ਐਸ ਅਗਰ ਦੇਖਾ ਜਾਏ ਤੋ ਬਿਜ਼ਨਸ ਪੁਆਇੰਟ ਆਫ ਵਿਊ ਸੇ ਬਹੁਤ ਸਾਰਾ ਨੁਕਸਾਨ ਹੈ
हमारे इवन रूम्स कैंसिलेशंस बहुत सारी हुई हैं, अभी तक होल्ड पे हैं, लोगों ने पोस्टपोन करी है डेट्स। तो मैं चाहूंगा कि जल्दी से जल्दी ये मसला एक बार सॉल्व हो जाए और थोड़ा इंडस्ट्री जो हमारी कोरोना के बाद बड़ी मुश्किल से ट्रैक पे आ रही है तो वो थोड़ा सा हम फिर स्टेबल हो जाए। तो तुम आम तौर पर देखो तकरीबन सारे ब्याह शादियां या खुशियां के प्रोग्राम जदों सर्दियों की शुरुआत होंगी है उदों होंगे है, पर अगर ये मसला दो चार छे महीने खिंचया जाता है तो वो नुकसान होने वाला पंजाब की इकोनमी भी, बिकॉज जो पैसा बहरों पोर इन होकर आना सी, जो मनी ड्रेन बहरों होनी सी उसके ऊपर भी ब्रेक लगन वाली है।